ਸਾਰਿਆਂ ਦਾ ਪਹਿਲਾਂ ਤਾਂ ਤੁਹਾਡਾ ਸਾਰਿਆਂ ਨੂੰ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਵੀਰਾਂ ਦਾ, ਸਾਰਿਆਂ ਦਾ ਕੋਟਨ ਬਹੁਤ ਹੀ ਜਜਾਰੂ ਹਿੰਮਤੀ ਸਿਆਣੇ ਮੈਣੀ ਸਾਹਿਬ ਕਰਕੇ ਅਸੀਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਚ, ਇਹਨਾਂ ਨੇ ਵੱਖ ਵੱਖ ਪਾਰਟੀ ਦੇ ਪੰਜਾਬ ਦੇ ਸਪੋਕਸਪਰਸਨ ਵੀ ਰਹੇ ਸੀ ਔਰ ਜਨਰਲ ਸੈਕਟਰੀ ਦੇ ਅਹੁਦੇ ਤੇ ਵੀ ਉਹਨਾਂ ਨੇ ਲੰਮਾ ਸਮਾਂ ਜੋ ਪੰਜਾਬ ਚ ਹਾਲਾਤ ਬਣੇ ਸੀ ਜਿਹਦੇ ਉਹਨਾਂ ਦਾ ਜਿਹੜਾ ਪੰਜਾਬ ਨਾਲ ਸੰਬੰਧਿਤ ਸੀ, ਜਿਹਦਾ ਦਰਦ ਪੰਜਾਬ ਲਈ ਸੀ, ਜਿਹੜੇ ਦੀ ਕੀਤੀ ਤੇ ਪੰਜਾਬ ਦੀ ਪੰਜਾਬੀਅਤ ਦੀ ਕੀਤੀ ਤੇ ਪੰਜਾਬ ਦੀ ਕਿਸਾਨੀ ਦੀ ਕੀਤੀ, ਪੰਜਾਬ ਦੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ 30 ਸਾਲ ਪੁਰਾਣਾ ਰਿਸ਼ਤਾਨਾ ਨਾਲ ਖਲੋਤੇ ਹੋਵਾਂਗੇ, ਅਸੀਂ ਪੰਜਾਬ ਨਾਲ ਖਲੋਤੇ ਹੋਵਾਂਗੇ। ਭੈਣ ਜੀ ਨੇ ਭਾਵੇਂ 4 ਸਾਲ ਵਜ਼ੀਰੀ ਦੇ ਰਹਿੰਦੇ ਸੀ, ਉਹਨਾਂ ਨੇ ਵੀ ਛੱਡੀ। ਪੰਜਾਬ ਦੇ ਕਿਸਾਨੀ ਦੇ ਖਿਲਾਫ਼ ਹੈ, ਪੰਜਾਬ ਪੰਜਾਬੀਆਂ ਦੇ ਖਿਲਾਫ਼ ਹੈ, ਪੰਜਾਬ ਦੀ ਇਕਾਨਮੀ ਦੇ ਖਿਲਾਫ਼ ਹੈ, ਪੰਜਾਬ ਅੱਜ ਸਾਰਾ ਹੀ ਉਹਦੇ ਉਲਟ ਹੈ, ਉਹਦੇ ਖਿਲਾਫ਼। ਔਰ ਜਿਸ ਤਰੀਕੇ ਨਾਲ ਸਾਡੀ ਮਾਂ ਬੋਲੀ ਪੰਜਾਬੀ ਦੇ ਨਾਲ ਜੋ ਵਿਤਕਰੇ ਕੀਤੇ ਜਾ ਰਹੇ ਸੀ, ਉਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ, ਮੈਂ ਸਮਝਦਾ ਦਰਦ ਇਹ ਪੈਣਾ ਸਭ ਨੂੰ। ਕਠਿਨ ਜੀ ਬਾਦਲ ਸਾਹਿਬ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਆਏ ਔਰ ਮੈਣੀ ਸਾਹਿਬ ਨੂੰ ਜੁਆਇਨ ਕਰਾਉਣ ਵਾਸਤੇ ਅੱਜ ਇੱਥੇ ਪਹੁੰਚੇ। ਇਸ ਤੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਪ੍ਰਧਾਨ ਸਾਹਿਬ ਪਹੁੰਚੇ ਆ, ਰਣੀਕੇ ਸਾਹਿਬ, ਅਸੀਂ ਸਾਰੇ ਹੀ ਇਹਨਾਂ ਨੂੰ ਜੀਆਂ ਕਰਨ ਵਾਸਤੇ ਅੱਜ ਇੱਥੇ ਆਏ ਹਾਂ। ਬਿਫੋਰ ਸੁਖਬੀਰ ਜੀ ਤੋਂ ਪਹਿਲਾਂ ਮੈਂ ਚਾਹੂੰਗਾ ਜੋ ਬੀਜੇਪੀ ਦੇ ਬਹੁਤ ਹੀ ਕਾਬਿਲ ਬੇਦਤ ਸੀ, ਵਰਕਰ ਸੀ, ਅਹੁਦੇਦਾਰ ਸੀ, ਪਿਛਲੇ 18-19 ਸਾਲ ਬਹੁਤ ਇੰਪੋਰਟੈਂਟ ਪੋਜੀਸ਼ਨ 'ਚ ਰਹੇ ਹੈ, ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਆ ਬੀਜੇਪੀ ਨੂੰ ਛੱਡ ਕੇ। ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਊਗਾ। ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਹੈ ਕਾਬਿਲ ਇਨਸਾਨਾਂ ਦੀ ਜਿਹੜੇ ਇਹ 100 ਸਾਲ ਦੀ ਪਾਰਟੀ ਨੂੰ ਹੋਰ ਤਕੜਾ ਕਰਕੇ ਰੱਖਣ। ਜੈ ਜੀ, ਹਿਸਟਰੀ ਸ਼੍ਰੋਮਣੀ ਅਕਾਲੀ ਦਲ ਦੀ ਹੈ, ਕਿਸੇ ਵੀ ਹਿੰਦੁਸਤਾਨ ਦੀ ਪਾਰਟੀ ਦੀ ਨਹੀਂ। ਜੋ ਵਿਰਸਾ ਸ਼੍ਰੋਮਣੀ ਅਕਾਲੀ ਦਲ ਦਾ ਹੈ, ਆਪਣੇ ਲੀਡਰਾਂ ਦੀ ਹਿਸਟਰੀ ਹੈ, ਇਹਦਾ ਮੁਕਾਬਲਾ ਕਿਸੇ ਹੋਰ ਪਾਰਟੀ ਦੀ ਕੋਈ ਲੀਡਰਸ਼ਿਪ ਨਹੀਂ ਕਰ ਸਕਦੀ। ਮੈਣੀ ਸਾਹਿਬ ਬਾਰੇ ਮਜੀਠੀਆ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ, ਮੇਰੇ ਨਾਲ ਗੱਲ ਹੋ ਰਹੀ ਸੀ ਕਿ ਬੜੇ ਨੇਕ ਇਨਸਾਨ ਹੈ, ਬਹੁਤ ਵਧੀਆ ਇਨਸਾਨ ਹੈ, ਹਿੰਮਤੀ ਇਨਸਾਨ ਹੈ ਤੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਆਪਣੇ ਪਾਰਟੀ ਦਾ ਸਪੋਕਸਮੈਨ ਇਨਵਾਈਟ ਡਿਕਲੇਅਰ ਕਰਦੇ ਕਿਉਂਕਿ ਇਹਨਾਂ ਦੇ ਜਿਵੇਂ ਆਪਣੇ ਵਿਚਾਰ ਰੱਖਦੇ ਆ, ਜਿਸ ਤਰੀਕੇ ਨਾਲ ਆਪਣੇ ਵਿਚਾਰ ਰੱਖਦੇ ਆ, ਬੜੇ ਕਨਵਿੰਸਿੰਗ ਤਰੀਕੇ ਨਾਲ ਆਪਣੀ ਗੱਲ ਕਰਦੇ ਆ, ਸੋ ਪਾਰਟੀ ਨੂੰ ਇਹ ਜੇ ਸਪੋਕਸਮੈਨ ਦੀ ਲੋੜ ਹੈ, ਜਿਹੜੀ ਪਾਰਟੀ ਦੀ ਜਿਹੜੀ ਜੋ ਗੱਲ ਹੈ ਉਹ ਜਨਤਾ ਵਿੱਚ ਪਹੁੰਚਾ ਸਕਣ। ਬਾਕੀ ਮੈਂ ਅੱਜ ਜਦੋਂ ਅੰਮ੍ਰਿਤਸਰ ਆਇਆ ਮੈਂ ਦੇਖ ਰਿਹਾ ਸੀ ਜਿਵੇਂ ਚਮਕ ਧਮਕ ਅੰਮ੍ਰਿਤਸਰ ਦੀ ਬਾਦਲ ਸਾਹਿਬ ਦੇ ਮੁੱਖ ਮੰਤਰੀ ਸਮੇਂ ਸੀ, ਖਿਲ ਰਿਹਾ ਜਾਂ ਸਿਆਹ ਲੱਗਦਾ, ਜਿਹੜੀਆਂ ਚੀਜ਼ਾਂ ਨਵੀਆਂ ਸੀ ਉਦੋਂ ਐਂ ਟੁੱਟੀਆਂ ਲੱਗ ਰਹੀਆਂ। 4 ਸਾਲ ਚ ਕਾਂਗਰਸ ਦੀ ਸਰਕਾਰ ਨੇ, ਹਕੂਮਤ ਨੇ ਅੰਮ੍ਰਿਤਸਰ ਨੂੰ ਤਬਾਹ ਕਰ ਦਿੱਤਾ। ਪ੍ਰਾਇਰਟੀ ਚਾਹੀਦੀ ਹੈ ਜੋ ਉਹ ਵੀ ਸੂਬੇ ਦੀ ਸਰਕਾਰ ਹੋਏ, ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਡਿਵੈਲਪ ਕਰਨ ਦੀ ਪ੍ਰਾਇਰਟੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਦੀ ਨਗਰੀ ਇੱਕ ਇਹੋ ਜਿਹੀ ਪਵਿੱਤਰ ਸਥਾਨ ਹੈ, ਦੁਨੀਆਂ ਦੇ ਕੋਨੇ ਕੋਨੇ ਤੋਂ ਸੰਗਤ ਆਉਂਦੀ ਹੈ। ਜਿਹੜਾ ਪ੍ਰੈਸ਼ਨ ਇੱਥੋਂ ਜਾਊਗਾ ਪੰਜਾਬ ਬਾਰੇ, ਸਾਰਾ ਪ੍ਰੈਸ਼ਨ ਇੱਥੋਂ ਹੀ ਜਾਊਗਾ। ਮੈਂ ਬੜੀ ਕੋਸ਼ਿਸ਼ ਕੀਤੀ ਜਦੋਂ ਆਪਣਾ ਰਾਜ ਸੀ, ਮੈਂ ਡਿਪਟੀ ਮੁੱਖ ਮੰਤਰੀ ਸੀ, ਮੈਂ ਤਕਰੀਬਨ ਮਹੀਨੇ 'ਚ 4 ਜਾਂ 5 ਵਾਰ ਇੱਥੇ ਆਉਂਦਾ, ਇਹਨਾਂ ਗਲੀਆਂ ਜਾਂਦਾ ਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ, ਹੌਲੀ ਹੌਲੀ ਕਰਕੇ ਅਸੀਂ ਸਾਰੀਆਂ ਚੀਜ਼ਾਂ ਬਣਾਈਆਂ। ਇੱਥੇ ਸੜਕਾਂ ਨੂੰ 4 ਲੇਨ 6 ਲੇਨ ਕੀਤਾ। ਨਹੀਂ ਤਾਂ ਮੈਨੂੰ ਯਾਦ ਹੈ ਜਦੋਂ ਆਪਾਂ ਖਾਲਸਾ ਕਾਲਜ ਦੀ ਮੇਨ ਰੋਡ ਤੇ ਜਾਂਦੇ ਹੁੰਦੇ ਸੀ, ਕਿੰਨਾ ਮਾੜਾ ਹਾਲ ਸੀ। ਆ ਜਿੰਨੇ ਪੁਲ ਹੈ, ਜਿੰਨੇ ਵੀ ਫਲਾਈਓਵਰ ਹੈ,
ਕਿੰਨਾ ਟ੍ਰੈਫਿਕ ਹੁੰਦਾ ਸੀ। ਮੈਂ ਤਾਂ ਕਹਿ ਸਕਦਾ ਕਿ 60% ਜੋ ਵੀ ਕੁਛ ਬਣਿਆ ਅੰਮ੍ਰਿਤਸਰ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਦੌਰਾਨ ਹੀ ਬਣਿਆ। ਮੈਂ ਤਾਂ ਇੱਕ ਮੈਂ ਪੁੱਛਣਾ ਚਾਹੁੰਦਾ ਇੱਥੋਂ ਦੀ ਕਾਂਗਰਸ ਦੀ ਲੀਡਰਸ਼ਿਪ ਨੂੰ, ਮੈਂ ਤਾਂ ਅੱਜ ਨਾਲ ਮੇਰੇ ਬੈਠੇ ਸੀ ਗੱਡੀ 'ਚ, ਮੈਂ ਕਿਹਾ ਜਨਤਾ ਸਵਾਲ ਨਹੀਂ ਪੁੱਛ ਰਹੀ ਕਾਂਗਰਸ ਤੋਂ ਕਿ ਕੀ ਬੁਰਾ ਹਾਲ ਕਰ ਦਿੱਤਾ ਸ਼ਹਿਰ ਦਾ, ਜਿਹੜੇ ਡਿਵਾਈਡਰ ਲਾਏ ਸੀ, ਮੈਂ ਕਹਿੰਦਾ ਜਿਹੜੀਆਂ ਲਾਈਨਾਂ ਖੜੀਆਂ ਸਾਰੀਆਂ ਟੁੱਟੀਆਂ ਪਈਆਂ, ਕੋਈ ਚੱਕ ਕੇ ਲੈ ਗਿਆ, ਕੋਈ ਪਰਵਾਹ ਨਹੀਂ, ਰਿਫਲੈਕਟਰ ਲਾਏ ਸੀ ਟੁੱਟੇ ਪਏ ਹੈ, ਹੈਰੀਟੇਜ ਸਟਰੀਟ ਜਿਹੜੀ ਇੰਨੀ ਖੂਬਸੂਰਤ ਬਣਾਈ ਸੀ, ਅੱਜ ਉੱਥੇ ਵੀ ਬੁਰਾ ਹਾਲ ਹੈ। ਜਵਾਬ ਦੀ ਲੋੜ ਹੈ, ਮੰਗਣ ਦੀ ਲੋੜ ਹੈ ਪੰਜਾਬ ਅੰਮ੍ਰਿਤਸਰ ਦੀ ਜਨਤਾ ਨੂੰ। ਇਹਨਾਂ ਹਰ ਕਾਂਗਰਸ ਦਾ ਭਾਵੇਂ MC ਹੈ, ਭਾਵੇਂ ਉਹਨਾਂ ਦਾ ਲੀਡਰ ਹੈ, ਭਾਵੇਂ MLA ਹੈ, ਭਾਵੇਂ ਇਹਨਾਂ ਦਾ ਮਿਨਿਸਟਰ ਹੈ, ਉਹਨਾਂ ਤੋਂ ਜਵਾਬ ਮੰਗਣ ਦੀ ਲੋੜ ਹੈ ਕਿ ਤੁਸੀਂ ਕਿਉਂ ਕਿਵੇਂ ਇਤਬਾਹ ਕੀਤੀ, ਕਿਉਂ ਤਬਾਹ ਕੀਤਾ ਪੰਜਾਬ ਅੰਮ੍ਰਿਤਸਰ। ਪਰਮਾਤਮਾ ਦੀ ਮਿਹਰ ਹੋਏ ਸਾਲ ਰਹਿ ਗਿਆ, ਪੰਜਾਬ ਵਿੱਚ ਪੰਜਾਬੀਆਂ ਦੀ ਸਰਕਾਰ ਬਣੇ। ਮੈਂ ਤੁਹਾਨੂੰ ਇੰਨਾ ਗਰੰਟੀ ਕਰਦਾ ਜਿਹੜੇ ਅਧੂਰੇ ਕੰਮ ਰਹਿ ਗਏ ਅੰਮ੍ਰਿਤਸਰ ਸ਼ਹਿਰ, ਮੈਂ ਗਰੰਟੀ ਕਰਦਾ ਅਗਲੇ 5 ਸਾਲਾਂ ਦੇ ਅੰਦਰ ਹਿੰਦੁਸਤਾਨ ਦਾ ਤਾਂ ਸਭ ਤੋਂ ਵਧੀਆ ਸ਼ਹਿਰ ਬਣਾ ਹੀ ਦੇਵਾਂਗੇ, ਪਰ ਇੰਟਰਨੈਸ਼ਨਲ ਲੈਵਲ ਦੇ ਸ਼ਹਿਰਾਂ ਦੇ ਮੁਕਾਬਲੇ ਦਾ ਸ਼ਹਿਰ ਜਿੱਥੇ ਸਫਾਈ, ਜਿੱਥੇ ਇਨਫਰਾਸਟ੍ਰਕਚਰ, ਜਿੱਥੇ ਪਾਰਕਿੰਗ ਸਿਸਟਮ, ਜਿੱਥੇ ਜਿਵੇਂ ਹੈਰੀਟੇਜ ਜਿਹੜੀ ਆਪਾਂ ਸਟਰੀਟ ਬਣਾਈ ਹੈ, ਮੇਰਾ ਮਨ ਹੈ ਕਿ ਸਾਰੀ ਵਰਲਡ ਸਿਟੀ ਉਸ ਤਰੀਕੇ ਨਾਲ ਬਣਾਈ, ਸਾਰੀ ਵਰਲਡ ਸਿਟੀ, ਕਿ ਲੋਕ ਜਦੋਂ ਆਉਣ, ਟੂਰਿਸਟ ਆਉਣ ਤੇ ਪਤਾ ਲੱਗ ਜਾਏ। ਹੁਣ ਵੀ ਕਈ ਲੋਕ ਆਉਂਦੇ ਆ, ਕਈ ਮੁੱਖ ਮੰਤਰੀਆਂ ਨੇ ਮੇਰੇ ਨਾਲ ਗੱਲ ਕੀਤੀ, ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਪਣੀ ਟੀਮ ਭੇਜੀ ਦੇਖਣ ਵਾਸਤੇ ਕਿ ਵਿਰਾਸਤ ਏ ਮਾਰਗ ਕਿਵੇਂ ਬਣਿਆ। ਉਹ ਵਾਰਾਣਸੀ ਬਣਾਉਣੇ ਚਾਹੁੰਦੇ ਸੀ, ਆਂਧਰਾ ਪ੍ਰਦੇਸ਼ ਤੋਂ ਟੀਮਾਂ ਆਈਆਂ ਦੇਖਣ ਵਾਸਤੇ। ਕੰਮ ਕਰਨਾ ਕੋਈ ਔਖਾ ਨਹੀਂ ਹੈ, ਜਜ਼ਬਾ ਚਾਹੀਦਾ, ਹਿੰਮਤ ਚਾਹੀਦੀ ਹੈ, ਪਲੈਨਿੰਗ ਚਾਹੀਦੀ ਹੈ, ਸੋਚ ਚਾਹੀਦੀ ਹੈ। ਜਿਹੜਾ ਮੁੱਖ ਮੰਤਰੀ ਬਣਦਾ ਹੈ ਉਹਦਾ ਨਿਸ਼ਾਨਾ ਹੋਣਾ ਚਾਹੀਦਾ, ਮੈਂ ਜਿਵੇਂ ਪੰਜਾਬ ਲਿੱਤਾ ਇਹ ਤਾਂ ਕਿਵੇਂ 10 ਗੁਣਾ 20 ਗੁਣਾ ਕਿਵੇਂ ਅੱਗੇ ਲੈ ਕੇ ਜਾ ਸਕਾਂ। ਮੁੱਖ ਮੰਤਰੀ ਦੀ ਸੋਚ ਉਹ ਨਹੀਂ ਹੋਣੀ ਚਾਹੀਦੀ ਕਿ ਮੈਂ ਹੁਣ ਬਣ ਗਿਆ ਤੇ ਹੁਣ ਮੈਂ 5 ਸਾਲ ਐਸ਼ ਕਰਨਾ ਜਿਵੇਂ ਅੱਜ ਦਾ ਮੁੱਖ ਮੰਤਰੀ ਕੈਪਟਨ ਕਰ ਰਿਹਾ। ਅੱਜ ਮੀਡੀਆ ਸਾਰੀ ਬੈਠੀ ਆ, ਤੁਸੀਂ ਵੀ ਆਪਣੇ ਆਪ ਨੂੰ ਸਵਾਲ ਕਰੋ, ਪੁੱਛੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ 'ਚ ਕਿੰਨੀ ਵਾਰ ਇੱਥੇ ਆਇਆ, ਕਿੰਨੀ ਵਾਰ ਇਹਨਾਂ ਸੜਕਾਂ 'ਚ ਆਇਆ, ਕਿੰਨੀ ਵਾਰ ਹੈਰੀਟੇਜ ਸਟਰੀਟ 'ਚੋਂ ਗੱਡੀ ਰੋਕ ਕੇ ਤੁਰ ਕੇ ਦੇਖਿਆ ਹੋਵੇ। ਜਿਹੜੇ ਆਪਣੇ ਚਾਰੋਂ ਤਰਫ ਆਪਾਂ ਚੀਜ਼ਾਂ ਬਣਾਈਆਂ ਸੀ, ਮਿਊਜ਼ੀਅਮ ਬਣਾਏ ਸੀ, ਕੀ ਉੱਥੇ ਉਹਨਾਂ ਨੇ ਜਾਇਜ਼ਾ ਲਿੱਤਾ। ਇਸ ਕਰਕੇ ਅੱਜ ਇੱਥੇ ਆਏ ਹਾਂ, ਨਾਲੇ ਅੱਜ ਮੈਨੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਇਆ, ਮੈਂ ਫਿਰ ਤੋਂ ਉਹਨਾਂ ਨੂੰ ਜੀਆਂ ਕਹਿੰਦਾ। ਹੋਰ ਕੋਈ ਸਵਾਲ ਜੇ ਹੈ, ਮੈਂ ਗਵਰਨਮੈਂਟ ਆਫ ਇੰਡੀਆ ਨੂੰ ਕਹਿਣਾ ਚਾਹੁੰਦਾ, ਤੁਸੀਂ ਪ੍ਰੈਸਟੀਜ ਕਿਉਂ ਬਣਾਈ ਜਾਂਦੇ ਹੋ? ਗਵਰਨਮੈਂਟ ਆਫ ਇੰਡੀਆ ਤਾਂ ਐਂ ਪੰਜਾਬ ਨੂੰ ਡੀਲ ਕਰ ਰਹੀ ਹੈ ਜਿਵੇਂ ਕੋਈ ਪਾਕਿਸਤਾਨ ਨੂੰ ਡੀਲ ਕਰੀ ਜਾਊਗਾ ਕਿ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਇਹ ਕਰ ਦਾਂਗੇ। ਗਵਰਨਮੈਂਟ ਆਫ ਇੰਡੀਆ ਨੂੰ ਪਤਾ ਹੋਣਾ ਚਾਹੀਦਾ ਆਹ ਪੰਜਾਬ ਦੇ ਬਹਾਦਰ ਕਿਸਾਨ ਹੈ ਜਿਹਨਾਂ ਨੇ, ਜਿਹੜੇ ਅੱਜ ਰੇਲ ਗੱਡੀਆਂ ਪਟੜੀਆਂ ਤੇ ਬੈਠੇ ਆ, ਕਿਉਂ ਬੈਠੇ ਆ? ਹੱਕ ਦੀ ਲੜਾਈ ਵਾਸਤੇ ਬੈਠੇ ਆ। ਤੇ ਉਹ ਕਿਸਾਨ ਜੇ ਪੂਰੇ ਦੇਸ਼ ਨੂੰ ਅੰਨ ਦਿੰਦੇ ਰਹੇ ਆ, ਅੱਜ ਉਹ ਕੁਛ ਚੀਜ਼ ਮੰਗਦੇ ਆ, ਤੁਹਾਡਾ ਹੱਕ ਨਹੀਂ ਹੈ? ਐਂ ਤੁਸੀਂ ਜ਼ਬਰਦਸਤੀ ਕਰੋਗੇ, ਰੇਲ ਬੰਦ ਕਰ ਦੋਗੇ, ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਐਂ ਦੇਸ਼ ਨਹੀਂ ਚੱਲਦੇ। ਜਿਸ ਤਰੀਕੇ ਨਾਲ ਆ ਸੋਚ ਚੱਲ ਰਹੀ ਹੈ ਸੈਂਟਰ ਦੀ, ਮੈਂ ਸਟਰੋਂਗਲੀ ਕੰਡੈਮ ਕਰਨਾ। ਮੈਂ ਉਹੀ ਜਿਵੇਂ ਕਿਹਾ ਨਾ ਕਿ ਕੇਂਦਰ ਸਰਕਾਰ ਆਪਣੀ ਇਹ ਬਣਾ ਰਿਹਾ ਇਸ਼ੂ ਉਹਨਾਂ ਨੇ ਕਿ ਜਿਵੇਂ ਨਾ ਕਿ ਇੱਕ ਐਜ ਏ ਸਟੇਟ ਨਾਲ ਡੀਲ ਕਰ ਰਿਹਾ, ਐਜ ਲੋਕਾਂ ਨਾਲ ਕਰ ਰਿਹਾ ਜਿਹੜੇ ਆਪਣੇ ਦੁਸ਼ਮਣ ਹੈ। ਆ ਰਵੱਈਆ ਜਿਹੜਾ ਸੈਂਟਰ ਦਾ ਬਹੁਤ ਮਾੜਾ ਹੈ। ਤੇ ਮੈਂ ਇੱਕ ਆਹ ਵੀ ਕਹਿਣਾ ਚਾਹੁੰਦਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦਾ ਮੁੱਖ ਮੰਤਰੀ ਹੈ, ਕਿਸਾਨਾਂ ਨੂੰ ਤਾਂ ਅੱਗੇ ਲਾ ਕੇ ਕਿਸਾਨ ਤਾਂ ਧਰਨਾ ਦੇ ਰਿਹਾ, ਕੈਪਟਨ ਅਮਰਿੰਦਰ ਸਿੰਘ ਕੀ ਕਰ ਰਿਹਾ? ਜੇ ਸੂਬੇ ਦੇ ਸਾਰੇ ਕਿਸਾਨ ਸੜਕਾਂ ਤੇ ਹੈ, ਅਮਰਿੰਦਰ ਸਿੰਘ ਦਾ ਰੋਲ ਕੀ ਹੈ?
ਕੱਲਾ ਆਪਣੇ ਫਾਰਮੋ ਚ ਰਹਿਣਾ ਰੋਲ ਤਾਂ ਨਹੀਂ ਹੈ ਕਿਤੇ ਸ਼ਾਮ ਨੂੰ ਤੁਹਾਨੂੰ ਵੀਡੀਓ ਜਿਹੜੀਆਂ ਆਉਂਦੀਆਂ ਤੁਸੀਂ ਦੇਖਦੇ ਹੋ ਉਹ ਰੋਲ ਤਾਂ ਨਹੀਂ ਹੈ ਕੈਪਟਨ ਕੀ ਕਰ ਰਿਹਾ ਦਿੱਲੀ ਜਾਂਦਾ ਘੰਟੇ ਵਾਸਤੇ ਉੱਥੇ ਡਰਾਮਾ ਚ ਧਰਨਾ ਦੇ ਕੇ ਯਾਰ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਕੋਲੇ ਜਾਣਾ ਚਾਹੀਦਾ ਰੇਲਵੇ ਮਿਨਿਸਟਰ ਕੋਲੇ ਆਪ ਜਾਣਾ ਚਾਹੀਦਾ ਦਿੱਲੀ ਜਾ ਕੇ ਰੇਲਵੇ ਮਿਨਿਸਟਰ ਨੂੰ ਨਹੀਂ ਮਿਲ ਸਕਦੇ ਆਪਣੀ ਗੱਲ ਜੋ ਗੱਲ ਮੁੱਖ ਮੰਤਰੀ ਦੀ ਹੋਊਗੀ ਗੱਲ ਕਰੂਗਾ ਉਹ ਐਮ ਪੀ ਨਹੀਂ ਕਰ ਸਕਦੇ ਐਮ ਪੀ ਗਵਰਨਮੈਂਟ ਨੂੰ ਰਿਪ੍ਰਜੈਂਟ ਨਹੀਂ ਕਰਦੇ ਗਵਰਨਮੈਂਟ ਪੰਜਾਬ ਗਵਰਨਮੈਂਟ ਨੂੰ ਰਿਪ੍ਰਜੈਂਟ ਕਰੀ ਪੰਜਾਬ ਸਰਕਾਰ ਕਰ ਸਕਦੀ ਹੈ ਮੁੱਖ ਮੰਤਰੀ ਕਰ ਸਕਦੀ ਹੈ ਕਿਉਂ ਨਹੀਂ ਕੈਪਟਨ ਸਾਹਿਬ ਉੱਥੇ ਜਾ ਕੇ ਦਬਾਅ ਪਾਉਂਦੇ ਸੂਬੇ ਦੇ ਮੁੱਖ ਮੰਤਰੀ ਆ ਕੋਈ ਮਾਮੂਲੀ ਗੱਲ ਨਹੀਂ ਹੈ ਕਿਉਂਕਿ ਇੰਟਰਸਟਿਡ ਨਹੀਂ ਹੈ ਲੜਾਈ ਅਲੱਗ ਅਲੱਗ ਨਹੀਂ ਲੜ ਰਹੇ ਮੈਂ ਤੈਨੂੰ ਕਲੀਅਰ ਕੀਤਾ ਸਾਰੇ ਮੈਂ ਹਰ ਸਪੀਚ ਮੈਂ ਕਲੀਅਰ ਕੀਤਾ ਜਦੋਂ ਅਸੀਂ ਆਪਣਾ ਕੰਮ ਸ਼ੁਰੂ ਕੀਤਾ ਐਸ ਪਹਿਲੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਪੋਲੀਟੀਕਲ ਪਾਰਟੀ ਹੈ ਜਿਹੜਾ ਮੈਂ ਪਾਰਲੀਮੈਂਟ 'ਚ ਗਿਆ ਜਿਹਦੇ 95% ਵਰਕਰ ਵੀ ਕਿਸਾਨ ਆਪ ਹੈ ਤੇ ਲੀਡਰ ਵੀ ਕਿਸਾਨ ਆਪ ਹੈ ਤੇ ਇਸ ਕਰਕੇ ਅਸੀਂ ਮੈਂ ਉਦੋਂ ਕਿਹਾ ਜਦੋਂ ਅਸੀਂ ਆਪਣੇ ਮਾਰਚ ਸ਼ੁਰੂ ਕੀਤੇ ਇੱਕ ਇੰਪ੍ਰੈਸ਼ਨ ਚਲਾ ਗਿਆ ਕਿਸਾਨ ਜਥੇਬੰਦੀਆਂ ਨੂੰ ਕਿ ਅਸੀਂ ਇੱਕ ਪੈਰਲਲ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਇਤਰਾਜ਼ ਜਾਇਆ ਅਸੀਂ ਉਦੋਂ ਹੀ ਮੈਂ ਕਹਿ ਦਿੱਤਾ ਸਾਨੂੰ ਅਸੀਂ ਉਹਨਾਂ ਦੇ ਮਗਰ ਲੱਗਣ ਨੂੰ ਤਿਆਰ ਹਾਂ ਸਾਨੂੰ ਤਾਂ ਹੁਕਮ ਕਰਨ ਇੰਪ੍ਰੈਸ਼ਨ ਨਹੀਂ ਜਾਣਾ ਚਾਹੀਦਾ ਕਿ ਅਸੀਂ ਦੋ ਅਲੱਗ ਅਲੱਗ ਤੋ ਉਸ ਕਰਕੇ ਅਸੀਂ ਅੱਜ ਤੱਕ ਜੋ ਹੁਕਮ ਕਰਨੇ ਕਿਸਾਨ ਜਥੇਬੰਦੀਆਂ ਅਸੀਂ ਮੰਨਣ ਨੂੰ ਤਿਆਰ ਹਾਂ ਅਸੀਂ ਤਾਂ ਮੈਂ ਕਿਹਾ ਉਹਨਾਂ ਦੇ ਝੰਡੇ ਥੱਲੇ ਵੀ ਕਰਨ ਨੂੰ ਤਿਆਰ ਹਾਂ ਹਾਲੇ ਮੈਂ ਕੁਛ ਕਹਿ ਨਹੀਂ ਸਕਦਾ ਹਾਲੇ ਬੜੀ ਟੂ ਅਰਲੀ ਹੈ ਪਹਿਲੀ ਗੱਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਦੇ ਲੱਗੇ ਹਾਂ ਅਸੀਂ 117 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਜ਼ਬੂਤ ਬਣਾ ਦੇਣਾ ਜੋ ਉਦੋਂ ਸਿਚੁਏਸ਼ਨ ਹੋਣੀ ਆ ਉਦੋਂ ਦੇਖੀ ਜਾਊਗੀ ਹਾਲੇ ਕੋਈ ਸਾਡਾ ਕੋਈ ਇਮੀਡੀਏਟ ਪਲਾਨ ਨਹੀਂ ਮੈਂ ਗੱਲ ਤੁਹਾਨੂੰ ਦੱਸਾਂ ਹੁਣ ਐਨਡੀਏ ਰਹਿ ਨਹੀਂ ਗਿਆ ਦੇਸ਼ ਚ ਮੈਨੂੰ ਲੱਗਦਾ ਜੇਡੀਯੂ ਐਨਡੀਏ ਦਾ ਲਾਸਟ ਹਿੱਸਾ ਸੀ ਉਹ ਵੀ ਮੈਨੂੰ ਲੱਗਦਾ ਜੈ ਜੀ ਹਾਲਾਤ ਕੀਤੀ ਹੈ ਜੈ ਜੀ ਉਹਨਾਂ ਨੇ ਪਾਸਵਾਨਾ ਜਾਂ ਡੀਲ ਕੁਛ ਹੋਈ ਹੈ ਉਹ ਤਾਂ ਮੈਨੂੰ ਲੱਗਦਾ ਜੇਡੀਯੂ ਵੀ ਮੈਨੂੰ ਲੱਗਦਾ ਐਨਡੀਏ ਵਿੱਚ ਨਹੀਂ ਰਹਿਣੇ ਇਹਦੇ ਬਾਅਦ ਉਹਦੇ ਬਾਅਦ ਐਨਡੀਏ ਚ ਹੈ ਕੌਣ ਐਨਡੀਏ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਹੈ ਸਭ ਤੋਂ ਪਹਿਲੇ ਨੀਂਹ ਪੱਥਰ ਰੱਖਿਆ ਸ਼੍ਰੋਮਣੀ ਅਕਾਲੀ ਬਾਦਲ ਸਾਹਿਬ ਨੇ ਮੈਂ ਜਿਹੜਾ ਕਿ ਗੱਲ ਕਹਿਣਾ ਚਾਹੁੰਦਾ ਆ ਮੈਨੀ ਸਾਹਿਬ ਨੇ ਬੜੀ ਵਧੀਆ ਤਰੀਕੇ ਨਾਲ ਗੱਲ ਸਮਝਾਈ ਹੈ ਤੁਹਾਨੂੰ ਉੱਥੇ ਵਨ ਵੇ ਟ੍ਰੈਫਿਕ ਹੈ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਹੈ ਵਨ ਵੇ ਟ੍ਰੈਫਿਕ ਵਾਲੀ ਹੈ ਉੱਥੇ ਇਕੱਲਾ ਹੁਕਮ ਆਉਂਦਾ ਵਾਪਸ ਕੁਛ ਹੁੰਦਾ ਨਹੀਂ ਫੀਡਬੈਕ ਕੋਈ ਨਹੀਂ ਹੈ ਇਕੱਲੇ ਪੰਜਾਬ ਚ ਨਹੀਂ ਮਿਲਦਾ ਦੂਜੇ ਸੂਬਿਆਂ ਚ ਵੀ ਆਏ ਹੋਊਗਾ ਕਿਉਂਕਿ ਜੇ ਜਿੱਥੇ ਜਿੱਥੇ ਕਮਿਊਨੀਕੇਸ਼ਨ ਗੈਪ ਬੰਦ ਜਿੱਥੇ ਟੂ ਵੇ ਟ੍ਰੈਫਿਕ ਨਾ ਆਊਗਾ ਉਹ ਪਾਰਟੀ ਖਤਮ ਹੋਊਗੀ ਹੌਲੀ ਹੌਲੀ ਵਨ ਵੇ ਟ੍ਰੈਫਿਕ ਵਾਲੀ ਪਾਰਟੀ ਪੰਜਾਬੀ ਦੇ ਕੋਈ ਨਹੀਂ ਨਾ ਹੈਗਾ ਉੱਥੇ ਸੈਂਟਰ ਤੇ ਜਿਹੜਾ ਆਵਾਜ਼ ਚੁੱਕੇ ਪਹਿਲੀ ਗੱਲ ਹੈ ਤੁਸੀਂ ਬੱਚੇ ਬੱਚੇ ਪੰਜਾਬ ਨੂੰ ਪੁੱਛ ਲਓ ਜਾਂ ਦੇਸ਼ ਜਾ ਕੇ ਤੁਸੀਂ ਹਰਿਆਣੇ ਜਾ ਕੇ ਪੁੱਛੋ ਜਾਂ ਯੂਪੀ ਜਾ ਕੇ ਪੁੱਛੋ ਕਿਸਾਨਾਂ ਦੀ ਕਿਹੜੀ ਪਾਰਟੀ ਹੈ ਕਿਸਾਨਾਂ ਦਾ ਲੀਡਰ ਕੌਣ ਹੈ ਸਤਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿੰਨੇ ਆ ਬੈਠੇ ਮੇਰੇ ਨਾਲ ਸਾਰੇ ਬੈਠੇ ਸਾਰੇ ਖੇਤੀ ਕਰਨ ਵਾਲੇ ਮੈਂ ਆਪ ਖੇਤੀ ਕਰਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੂਜੀਆਂ ਪਾਰਟੀਆਂ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛ ਲਓ ਉਹਦੇ ਕਿੰਨੇ ਕਿ ਜ਼ਮੀਨ ਕਿੰਨੀ ਉਹਦੇ ਕੋਲ ਇੱਕ ਕਿੱਲਾ ਵੀ ਨਹੀਂ ਖੇਤੀ ਕੀ ਚੀਜ਼ ਦੇ ਕਰਦੇ ਸੋ ਮੇਰਾ ਮਤਲਬ ਹੈ ਮੇਰਾ ਮਤਲਬ ਹੈ ਕਿ ਸਾਡੀ ਪਾਰਟੀ ਕਿਸਾਨਾਂ ਦੀ ਜਥੇਬੰਦੀ ਹੈ ਪਰ ਉਹ ਦਾਅਵਾ ਕਰ ਰਹੇ ਪਹਿਲਾਂ ਪਾਣੀਆਂ ਯਾਰ ਮੈਂ ਉਸ ਕੰਟਰੋਵਰਸੀ ਚ ਨਹੀਂ ਜਾਣਾ ਚਾਹਣਾ ਤਾਈਓ ਆ ਅਵੋਇਡ ਕਰਨ ਵਾਸਤੇ ਅਸੀਂ ਕਿਹਾ ਅਸੀਂ ਉਹਨਾਂ ਦੇ ਮਗਰ ਉਹ ਇੱਕ ਇੱਕ ਜਿਵੇਂ ਯੂਨੀਅਨ ਹੈਗੀ ਆ ਸਾਡੀ ਪੋਲੀਟੀਕਲ ਪਾਰਟੀਜ਼ ਹੈ ਸਾਡੇ ਡਿਫਰੈਂਸ ਹੈ ਕਿ ਚਾਹੁੰਦੇ ਕਿ ਇੱਕ ਇਮੇਜ ਆਏ ਕਿ ਅਲੱਗ-ਅਲੱਗ ਸਾਰੇ ਚੱਲੇ ਅਸੀਂ ਸਭ ਤੋਂ ਪਹਿਲੇ ਅਸੀਂ ਆਪ ਪਿੱਛੇ ਹਟੇ ਪਿੱਛੇ ਹਟੇ ਨਹੀਂ ਅਸੀਂ ਕਹਿ ਰਹੇ ਉਹਨਾਂ ਨੂੰ ਜੋ ਤੁਸੀਂ ਕਹਾਂਗੇ ਹੁਣ ਜਿਹੜਾ ਬੰਦ ਹੋਇਆ ਅਸੀਂ ਸਪੋਰਟ ਕੀਤਾ ਹੈ ਜੋ ਉਹਨਾਂ ਦੀ ਕਾਲ ਦੋਂਦੀ ਅਸੀਂ ਸਪੋਰਟ ਕਰਦੇ ਹਾਂ ਸਾਡੇ ਵੀ ਚੌਂ ਆਮ ਆਦਮੀ ਪਾਰਟੀ ਨਹੀਂ ਉਹ ਚਾਹੀ ਆਮ ਆਦਮੀ ਪਾਰਟੀ ਪੋਲੀਟੀਕਲੀ ਫਿਨਿਸ਼ ਹੋ ਗਈ ਕਿਉਂਕਿ ਜਿਸ ਮਕਸਦ ਨਾਲ ਡਰਾਮੇ ਕਰਕੇ ਬਣੀ ਸੀ ਇਨਕਲਾਬ ਅਸੀਂ ਇਹ ਕਰਾਂਗੇ ਉਹ ਕਰਾਂਗੇ ਅੰਦਰ ਕੁਛ ਨਹੀਂ ਸੀ ਅੰਦਰ ਉਹਨਾਂ ਦੀ ਦੂਜੀ ਜਿਹੜੇ ਜਿੰਨੇ ਵੀ ਮੈਂ ਦੇਖਿਆ ਲੋਕ ਜਿਹੜੇ ਇਨਕਲਾਬ ਤੇ ਆਈਆਂ ਚੀਜ਼ਾਂ ਦੇ ਉਲਟ ਸੀ ਸਾਰੇ ਉਹਦੇ ਵਿੱਚ ਹੀ ਸੀ ਤਾਈਓ ਐਕਸਪੋਜ਼ਰ ਇੰਨੀ ਛੇਤੀ ਪੋਲੀਟੀਕਲ ਪਾਰਟੀ ਗੇਨ ਕਰੇ ਤੇ ਇੰਨੀ ਛੇਤੀ ਥੱਲੇ ਆਏ ਆ ਸਭ ਉਸ ਗੱਲ ਕਿ ਪੰਜਾਬ ਦੀ ਜਨਤਾ ਜਾਣਦੀ ਹੈ ਵਿਸ਼ਵਾਸ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਤੁਹਾਨੂੰ ਅੱਜ ਗਰੰਟੀ ਦੇਣਾ ਤੁਹਾਡੇ ਸਾਹਮਣੇ ਹੈ ਅਗਲੀ ਸਰਕਾਰ ਤੁਸੀਂ ਦੇਖੋ
लैंडस्लाइड श्रोमणी अकाली दल की सरकार बनूगी, क्योंकि जनता के विश्वास है कि घट तो घट जो कमिटमेंट करते हैं बादल साहब ने की है जो अगवाई करते श्रोमणी अकाली दल की जो कमिटमेंट होती पूरी करते हैं। मैं तो थोड़ा अमृतसर वालों ने ही पूछ लेना, मीडिया अमृतसर दो जो मैं इतने कमिटमेंट की थी, मैं की पूरी की थी कि नहीं की। शर्मा जी इमीजिएटली खोलना चाहिए देश के प्रधानमंत्री इमीजिएटली टेक ऑफ करना अपने पाकिस्तान काउंटर पार्ट गल करनी चाहिए है। मैनू लगता है कि पता नहीं हुण की नवीं पॉलिटिक्स दोनों देशों में चल पी है जिदा नुकसान किसी कौम का ना हो जाए। सो इमीजिएटली अपन स्ट्रॉन्गली टेक ऑफ करना चाहिए। अज गैंगस्टर राज कर रहे हैं पंजाब, लुट खो किडनैपिंग, जिवें पंजाब का कोई मुख्यमंत्री नहीं है, मैं लगता डीजीपी भी नहीं है। कितने डीजीपी नू देखा तुसीं कितने अमृतसर आके रिव्यू करते, कितने लुधियाने आके रिव्यू करते? अज जिहड़ी पुलिस है, अज जिहड़ी पुलिस है वह डायरेक्शनलैस है। कैप्टन अमरिंदर सिंह नू मैं दो तीन एस एस पी नाल गल कीती सी, मैनू दस्सिया पुछिया सी कि मैं कहिंदा किन्नी वार कैप्टन साहब का फोन आउंदा मुख्यमंत्री नू एस एस पी नू, मैनू कहिण लगे तीन तीन साल हो गए सानू टैलीफोन नहीं आया। जिहड़ा एस एस पी नू टैलीफोन ही नहीं करते, पता ही नहीं करते की हो रहा है। अकलेर कि अज बगैर ड्राइवर के पंजाब चल रहा है, कोई मुख्यमंत्री नहीं है, कोई कैबिनेट जी है लुट्टन तो लगी है। सब तो वड्डा सैंड माफिया अज कांग्रेस के एमएलए, सब तो वड्डा अपना ड्रग माफिया कांग्रेस के एमएलए, शराब माफिया जिनी डुप्लीकेट शराब पंजाब च आ रही है, रिकॉर्ड है। तो देखो कि एक्साइज का रेवन्यू थले चला गया। जिहड़ी पार्टी सरकार दे मंत्री गरीबां दी अपनी जी स्कॉलरशिप खा सकते हैं, ये तो घटिया काम का कर नहीं सकता। बेचारे गरीब है, गरीब की आप पढ़ाई कर रहे हैं, 3 लाख एस सी बच्चे सी बी सी बच्चों की उन्हें जिंदगी खराब करती हर साल, हर साल आधा हालात है। बादल साहब कल जयदाद रणजीत सिंह जी कल गए हैं श्री हरिमंदर साहब अंदर जाके नतमस्तक ही नहीं, किड्डा सत्कार करते गुरु करता। हमने मैं पता लगे कहने बाहर गए परिक्रमा चो मथा टेक के वापस, बाकी चलो दूजे की कहने ढींसा साहब बारे मेथों ज्यादा तुम जानते हो। शर्मा जी तुम दस दौ।